ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ 'ਤੇ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬਿੱਲ C-71 ਬਾਰੇ ਕਹੀ ਗੱਲ, ਲੌਸਟ ਕੈਨੇਡੀਅਨਸ ਦੀ ਨਾਗਰਿਕਤਾ ਹੋਵੇਗੀ ਬਹਾਲ। ਹਰਜੀਤ ਸੱਜਣ ਨੇ ਵਾਇਲਡ ਫਾਇਰ ਸੀਜ਼ਨ ਸੰਬੰਧੀ ਅਪਡੇਟ ਕੀਤੀ, ਪ੍ਰਧਾਨ ਫਾਇਰ ਫਾਈਟਰਸ ਦੀ ਕੀਤੀ ਹੌਸਲਾ ਅਫਜ਼ਾਈ। ਪ੍ਰੀਮੀਅਰ ਡੇਵੀ ਡੇਵੀ ਦੀ ਟਿੱਪਣੀ ਨੂੰ ਲੈ ਕੇ ਬੋਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ, ਕਿਹਾ ਪ੍ਰੀਮੀਅਰ ਨੂੰ ਸੀ ਕੋਈ ਗਲਤ ਫਹਿਮੀ। ਕੈਨੇਡੀਅਨ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਸ ਵਾਰ ਔਸਤ ਨਾਲੋਂ ਵੱਧ ਗਰਮ ਹੋਣਗੀਆਂ ਗਰਮੀਆਂ। ਹੁਣ ਖਬਰਾਂ ਵਿਸਥਾਰ ਦੇ ਨਾਲ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੰਸਦ ਹਿੱਲ 'ਤੇ ਪੱਤਰਕਾਰਾਂ ਦੇ ਨਾਲ ਬਿੱਲ C-71 ਬਾਰੇ ਗੱਲਬਾਤ ਕੀਤੀ। ਸਰਕਾਰ ਦਾ ਇੱਕ ਅਜਿਹਾ ਕਾਨੂੰਨ ਹੈ ਜੋ ਦੇਸ਼ ਤੋਂ ਬਾਹਰ ਪੈਦਾ ਹੋਏ ਕੁਝ ਬੱਚਿਆਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਦਾਨ ਕਰੇਗਾ। ਇਹ ਲੌਸਟ ਕੈਨੇਡੀਅਨਾਂ ਨੂੰ ਵੀ ਨਾਗਰਿਕਤਾ ਬਹਾਲ ਕਰੇਗਾ। ਉਹ ਵਿਅਕਤੀ ਜਿਨ੍ਹਾਂ ਨੇ ਪਿਛਲੇ ਅਤੇ ਪੁਰਾਣੇ ਨਾਗਰਿਕਤਾ ਕਾਨੂੰਨ ਕਾਰਨ ਨਾਗਰਿਕਤਾ ਗੁਆ ਦਿੱਤੀ ਜਾਂ ਫਿਰ ਕਦੇ ਨਾਗਰਿਕਤਾ ਪ੍ਰਾਪਤ ਹੀ ਨਹੀਂ ਸੀ ਕੀਤੀ। ਪਿਛਲੇ ਸਾਲ ਅਦਾਲਤ ਦੇ ਫੈਸਲੇ ਦੇ ਜਵਾਬ ਵਿੱਚ ਫੈਡਰਲ ਸਰਕਾਰ ਕੋਲ ਸਿਟੀਜ਼ਨਸ਼ਿਪ ਐਕਟ ਵਿੱਚ ਮੁੱਖ ਬਦਲਾਅ ਕਰਨ ਲਈ ਸਿਰਫ ਇੱਕ ਹਫ਼ਤਾ ਬਚਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਬੀਤੇ ਦਿਨ ਕਿਹਾ ਕਿ ਓਨਟਾਰੀਓ ਸੁਪੀਰੀਅਰ ਕੋਰਟ ਅਜੇ ਤੱਕ ਵੱਧ ਰਹੀ ਸਮਾਂ ਸੀਮਾ ਨੂੰ ਵਧਾਉਣ ਲਈ ਸਹਿਮਤ ਨਹੀਂ ਹੋਇਆ ਅਤੇ ਹਾਊਸ ਆਫ ਕਾਮਨਜ਼ ਦੁਆਰਾ ਜਲਦਬਾਜ਼ੀ ਵਿੱਚ ਕਾਨੂੰਨ ਬਣਾਉਣ ਦੀਆਂ NDP ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਨੇ। ਜੇਕਰ ਲਿਬਰਲਾਂ ਦਾ ਬਿੱਲ ਅਗਲੇ ਹਫ਼ਤੇ ਦੀ ਸਮਾਂ ਸੀਮਾ ਤੋਂ ਪਹਿਲਾਂ ਪਾਸ ਨਹੀਂ ਹੁੰਦਾ ਤਾਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਮੰਤਰੀ ਨੂੰ ਖੁਦ ਵਿਅਕਤੀਗਤ ਨਾਗਰਿਕਤਾ ਦੇ ਕੇਸਾਂ ਦਾ ਫੈਸਲਾ ਕਰਨਾ ਪਵੇਗਾ। ਮਿਲਰ ਨੇ ਬੀਤੇ ਦਿਨ ਕਿਹਾ ਕਿ ਜੇਕਰ ਇਹ ਨਹੀਂ ਆਉਂਦਾ ਤਾਂ ਅਸੀਂ ਕਿਸੇ ਵੀ ਮਨੁੱਖ ਦੀ ਧਰਤੀ 'ਤੇ ਨਹੀਂ ਹਾਂ। ਅਸਲ ਵਿੱਚ ਇਹ ਫੈਸਲਾ ਕਰਨਾ ਮੇਰੀ ਮਰਜ਼ੀ ਹੈ ਕਿ ਕੌਣ ਕੈਨੇਡੀਅਨ ਹੈ, ਕੌਣ ਕੈਨੇਡੀਅਨ ਨਹੀਂ ਹੈ। ਸਪਸ਼ਟ ਤੌਰ 'ਤੇ ਇਹ ਇੱਕ ਮੰਤਰੀ ਦੇ ਵਿਵੇਕ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ। Deciding who's Canadian or not, obviously that shouldn't be up to the discretion of a minister. There needs to be a framework in which these lost Canadians that are entitled to be Canadians and had their identity citizenship taken away from them by the previous government are entitled to become Canadians again. So ideally that law would go through. Courts typically have been deferential to the parliamentary process, but obviously it's their discretion and their jurisdiction to state something. So we will put our best foot forward. And hope for the best, but what we don't want to find ourselves in is really in a no man's land. I mean, the reality is the court's judgment, as comprehensive as it was, leaves an open space to interpretation as to who is entitled to that, and not everyone is entitled to be Canadian. There should be some criteria that we put forward, and I think that's properly contained in the bill that we set forth. ਦੱਸ ਦਈਏ ਕਿ ਪਿਛਲੇ ਸਾਲ ਅਦਾਲਤ ਨੇ ਪਾਇਆ ਸੀ ਕਿ ਵਿਦੇਸ਼ਾਂ ਵਿੱਚ ਜਨਮੇ ਕੈਨੇਡੀਅਨਾਂ ਨੂੰ ਕੈਨੇਡਾ ਵਿੱਚ ਪੈਦਾ ਹੋਏ ਲੋਕਾਂ ਨਾਲੋਂ ਘੱਟ ਸ਼੍ਰੇਣੀ ਦੀ ਨਾਗਰਿਕਤਾ ਮਿਲਦੀ ਹੈ ਅਤੇ ਇਸ ਨੇ ਸਰਕਾਰ ਨੂੰ ਸਮੱਸਿਆ ਨੂੰ ਠੀਕ ਕਰਨ ਲਈ 19 ਜੂਨ ਤੱਕ ਦਾ ਸਮਾਂ ਦਿੱਤਾ ਸੀ। ਮਾਰਕ ਮਿਲਰ ਨੇ 23 ਮਈ ਨੂੰ ਇੱਕ ਬਿੱਲ ਪੇਸ਼ ਕੀਤਾ ਜੋ ਵਿਦੇਸ਼ ਵਿੱਚ ਜਨਮੇ ਕੈਨੇਡੀਅਨਾਂ ਨੂੰ ਆਪਣੀ ਨਾਗਰਿਕਤਾ ਆਪਣੇ ਬੱਚਿਆਂ ਨੂੰ ਦੇਣ ਦੀ ਇਜਾਜ਼ਤ ਦੇਵੇਗਾ ਅਤੇ ਅਗਲੇ ਦਿਨ ਅਦਾਲਤ ਨੂੰ ਸਮਾਂ ਸੀਮਾ ਵਧਾਉਣ ਦੇ ਲਈ ਕਿਹਾ। ਵੇਖਣਾ ਹੋਵੇਗਾ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਫੈਸਲਾ ਲਿਆ ਜਾਂਦਾ ਹੈ। ਓਟਵਾ ਵਿੱਚ ਫੈਡਰਲ ਮੰਤਰੀਆਂ ਨੇ ਸਾਲ 2024 ਦੇ ਜੰਗਲੀ ਅੱਗ ਸੀਜ਼ਨ ਲਈ ਪੂਰਵ ਅਨੁਮਾਨ ਬਾਰੇ ਅਪਡੇਟ ਪ੍ਰਦਾਨ ਕੀਤੀ। ਐਮਰਜੈਂਸੀ ਪ੍ਰਿਪੇਅਰਡਨੈਸ ਦੇ ਮੰਤਰੀ ਹਰਜੀਤ ਸੱਜਣ ਨੇ ਦੱਸਿਆ ਕਿ ਸਰਕਾਰ ਮੁਸਤੈਦੀ ਨਾਲ ਅੱਗਾਂ ਨੂੰ ਕਾਬੂ ਕਰਨ ਲਈ ਕੰਮ ਕਰ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ 69 ਅੱਗਾਂ ਐਕਟਿਵ ਨੇ। ਇਸ ਮੌਕੇ ਉਨ੍ਹਾਂ ਨੇ ਫਾਇਰ ਫਾਈਟਰਸ ਦੀ ਵੀ ਹੌਸਲਾ ਅਫਜ਼ਾਈ ਕੀਤੀ। ਸਾਲ 2024 ਦੀ ਮੌਸਮੀ ਜੰਗਲੀ ਭੂਮੀ ਅੱਗ ਦੀ ਭਵਿੱਖਬਾਣੀ ਲਈ ਤਾਜ਼ਾ ਅਨੁਮਾਨ ਦਰਸਾਉਂਦੇ ਨੇ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੈਨੇਡਾ ਵਿੱਚ ਜੰਗਲੀ ਅੱਗ ਦਾ ਖਤਰਾ ਵੱਧ ਰਹਿਣ ਦੀ ਉਮੀਦ ਹੈ। ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ, ਖਾਸ ਤੌਰ 'ਤੇ ਉਹਨਾਂ ਖੇਤਰਾਂ ਵਿੱਚ ਜੋ ਲਗਾਤਾਰ ਸੋਕੇ ਦਾ ਅਨੁਭਵ ਕਰਦੇ ਰਹਿੰਦੇ ਨੇ,
ਉਸ ਦੇ ਵਿੱਚ ਉੱਤਰ ਪੱਛਮੀ ਅਲਬਰਟਾ, ਉੱਤਰ ਪੂਰਬੀ ਬ੍ਰਿਟਿਸ਼ ਕੋਲੰਬੀਆ ਅਤੇ ਦੱਖਣੀ ਉੱਤਰ ਪੱਛਮੀ ਪ੍ਰਦੇਸ਼ ਸ਼ਾਮਿਲ ਨੇ। ਇਹਨਾਂ ਵਿੱਚ ਵੀ ਇਹ ਅਨੁਭਵ ਹੋ ਸਕਦਾ ਹੈ। ਜੂਨ ਲਈ ਬ੍ਰਿਟਿਸ਼ ਕੋਲੰਬੀਆ ਤੋਂ ਲੈਬਰਾਡੋਰ ਤੱਕ ਅਤੇ ਐਟਲਾਂਟਿਕ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਦੇਸ਼ ਦੇ ਬਹੁਤ ਸਾਰੇ ਹਿੱਸੇ ਵਿੱਚ ਆਮ ਤੋਂ ਵੱਧ ਜੰਗਲੀ ਅੱਗ ਦੀਆਂ ਗਤੀਵਿਧੀਆਂ ਦੀ ਸੰਭਾਵਨਾ ਹੈ। ਜੁਲਾਈ ਲਈ ਪੂਰਵ ਅਨੁਮਾਨ ਵੱਧ ਔਸਤ ਸਥਿਤੀਆਂ ਦੇ ਜਾਰੀ ਰਹਿਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਫੈਡਰਲ ਸਰਕਾਰ ਸਥਿਤੀਆਂ ਦੀ ਨੇੜਿਓ ਨਿਗਰਾਨੀ ਕਰਨਾ ਜਾਰੀ ਰੱਖ ਰਹੀ ਹੈ। ਹੋਰ ਜਾਣਕਾਰੀ ਕੈਨੇਡੀਅਨ ਵਾਈਲਡ ਲੈਂਡ ਫਾਇਰ ਇਨਫੋਰਮੇਸ਼ਨ ਸਿਸਟਮ ਦੁਆਰਾ ਉਪਲਬਧ ਹੈ। ਕੈਨੇਡਾ ਸਰਕਾਰ ਨੇ ਕੈਨੇਡੀਅਨਾਂ ਦੀ ਸਿਹਤ, ਸੁਰੱਖਿਆ ਅਤੇ ਸੁਰੱਖਿਆ ਦੇ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਤਿਆਰੀਆਂ ਨੂੰ ਵਧਾਉਣ ਲਈ ਕਦਮ ਚੁੱਕੇ ਨੇ। ਇਹ ਯਕੀਨੀ ਬਣਾਉਣ ਲਈ ਕਿ ਸਾਲ 2024 ਦੇ ਜੰਗਲੀ ਅੱਗ ਦੇ ਸੀਜ਼ਨ ਲਈ ਲੋੜ ਪੈਣ 'ਤੇ ਸੂਬਿਆਂ ਅਤੇ ਪ੍ਰਦੇਸ਼ਾਂ ਦੀ ਸਹਾਇਤਾ ਲਈ ਲੋੜੀਂਦੀ ਸਮਰੱਥਾ ਉਪਲਬਧ ਹੈ ਅਤੇ ਸਰੋਤ ਜੁਟਾਏ ਜਾ ਸਕਦੇ ਨੇ। On the wildfire situation in Canada. First, I want to thank all the firefighters and public safety personnel who continue their amazing work across the country to keep all of us safe. There are now 69 active wildfires burning. To date, 500,000 hectares have burned. Now, but in spite of this situation, the good news is that the number of fires is well below average for this time of the year. It is also well below the 10-year average for the total area burned for this time last year as well. Now, as of June 12th, Canada is at a national preparedness level 2. This indicates that wildfire activity is increasing within one or more jurisdictions, while the demand for firefighters' equipment is light in other jurisdictions. Now, that being said, multiple regions are at an elevated risk due to a combination of hot, dry, and windy conditions. Now, the key areas of concern include northeastern British Columbia, northern Alberta, south-central Northwest Territories, and northern Quebec. There are also several new wildfires over east-central and west-central Quebec, which is the region of most risk for this upcoming week. While expected, rainfall is in some regions may reduce the risk of fire. Thunderstorms and associated lightning strikes present a concern of new ignitions, though. Potential flash flooding could also complicate firefighting efforts. Now, I continue to urge all Canadians to be prepared. When it comes to wildfire, it's an important part of their prevention education. So I encourage all Canadians to check out the FireSmart program online. It can help you to protect your home and also your community. For additional information, Canadians can also check out the wildfires page on canada.ca for updates and access to the government services. If you do not already have an emergency kit, visit the getprepared.ca to find out what you need to build one and to create your own household plan. ਦੱਸ ਦਈਏ ਕਿ ਨਵੀਨਤਮ ਮੌਸਮ ਪੂਰਵ ਅਨੁਮਾਨ ਅਤੇ ਚੇਤਾਵਨੀ ਜਾਣਕਾਰੀ ਤੱਕ ਪਹੁੰਚ ਕਰਨ ਲਈ ਕੈਨੇਡੀਅਨ ਵੈਦਰ ਕੈਨ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਨੇ ਅਤੇ ਕੈਨੇਡਾ ਵਿੱਚ ਜਿੱਥੇ ਕਿਤੇ ਵੀ ਹੋਣ ਸੂਚਨਾਵਾਂ ਪ੍ਰਾਪਤ ਕਰ ਸਕਦੇ ਨੇ। ਕੈਨੇਡਾ ਸਰਕਾਰ ਦੇ ਵਾਈਲਡ ਫਾਇਰਜ਼ 2024 ਵੈੱਬ ਪੇਜ ਵਿੱਚ ਕੈਨੇਡੀਅਨਾਂ ਨੂੰ ਜੰਗਲੀ ਅੱਗ ਦੀ ਸਥਿਤੀ ਬਾਰੇ ਸੂਚਿਤ ਰੱਖਣ ਅਤੇ ਜੰਗਲੀ ਅੱਗ ਨਾਲ ਲੜਨ ਲਈ ਸੂਬਾਈ ਅਤੇ ਖੇਤਰੀ ਯਤਨਾਂ ਦਾ ਸਮਰਥਨ ਕਰਨ ਲਈ ਪ੍ਰੋਗਰਾਮਾਂ, ਨੀਤੀਆਂ ਅਤੇ ਪਹਿਲਕਦਮੀਆਂ ਬਾਰੇ ਜਾਣਕਾਰੀ ਵੀ ਇਸ ਵਿੱਚ ਸ਼ਾਮਿਲ ਹੈ। ਕਿਬੈਕ ਅਤੇ ਓਨਟਾਰੀਓ ਨੂੰ ਸ਼ਰਨ ਮੰਗਣ ਵਾਲੀਆਂ ਅਤੇ ਅਸਥਾਈ ਨਿਵਾਸੀਆਂ ਦੇ ਵਾਧੇ ਨਾਲ ਨਜਿੱਠਣ ਲਈ ਦਿੱਤੀ ਗਈ ਸੰਘੀ ਫੰਡਿੰਗ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਟਿੱਪਣੀ ਕੀਤੀ ਸੀ। ਹੁਣ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਕਿਬੈਕ ਇਮੀਗ੍ਰੇਸ਼ਨ ਫੰਡਿੰਗ ਦਾ ਬਚਾਅ ਕੀਤਾ ਗਿਆ। ਮਾਰਕ ਮਿਲਰ ਨੇ ਕਿਹਾ ਕਿ ਬੀਸੀ ਪ੍ਰੀਮੀਅਰ ਨੂੰ ਗਲਤ ਫਹਿਮੀ ਹੋਈ ਸੀ। ਇਮੀਗ੍ਰੇਸ਼ਨ ਮੰਤਰੀ ਨੇ ਇਹ ਤੱਕ ਕਹਿ ਦਿੱਤਾ ਹੈ ਕਿ ਰਿਫਿਊਜੀਆਂ ਨੂੰ ਸਵੀਕਾਰ ਕਰਨ ਬਾਬਤ ਬੀਸੀ ਵਰਗੇ ਸੂਬਿਆਂ ਨੂੰ ਅੱਗੇ ਆਉਣ ਦੀ ਲੋੜ ਹੈ।
ਇਸ ਹਫ਼ਤੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਉਹ ਕਿਬੈਕ ਨੂੰ ਪਨਾਹਗੀਰਾਂ ਦੀ ਸੇਵਾਵਾਂ ਦੀ ਵਿਵਸਥਾ, ਜਿਸ ਵਿੱਚ ਅਸਥਾਈ ਰਿਹਾਇਸ਼ ਵੀ ਸ਼ਾਮਿਲ ਹੈ, ਉਸ ਲਈ ਸਾਢੇ $700 million ਦੇ ਰਹੇ ਨੇ। ਇਸ ਐਲਾਨ ਤੋਂ ਬਾਅਦ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਕੈਨੇਡਾ ਸਰਕਾਰ ਪੱਛਮੀ ਸੂਬਿਆਂ 'ਤੇ ਖਰਚ 'ਤੇ ਕਿਊਬੈਕ ਵੱਲ ਪੈਸਾ ਭੇਜ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਊਬੈਕ ਨੂੰ ਪਨਾਹਗੀਰਾਂ ਨਾਲ ਜੁੜੇ ਖਰਚਿਆਂ ਵਿੱਚ ਮਦਦ ਲਈ $750 million ਦੀ ਸਰਕਾਰੀ ਫੰਡਿੰਗ ਦਾ ਬਚਾਅ ਕੀਤਾ ਅਤੇ ਕਿਹਾ ਕਿ BC ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਤੱਥਾਂ ਬਾਰੇ ਕੋਈ ਭੰਬਲ ਭੁਸਾ ਸੀ। ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਨੇ ਸੋਮਵਾਰ ਨੂੰ ਕਿਊਬੈਕ ਲਈ ਉਕਤ ਫੰਡਿੰਗ ਦੀ ਪੇਸ਼ਕਸ਼ 'ਤੇ ਕਿਹਾ ਸੀ ਕਿ ਪੱਛਮੀ ਕੈਨੇਡਾ ਦੇ ਖਰਚ 'ਤੇ ਫੈਡਰਲ ਇਮੀਗ੍ਰੇਸ਼ਨ ਦਾ ਪੈਸਾ ਓਨਟਾਰੀਓ ਅਤੇ ਕਿਊਬੈਕ 'ਤੇ ਬਰਸਾਇਆ ਜਾ ਰਿਹਾ ਹੈ। ਪਿਛਲੇ ਸਾਲ ਕੈਨੇਡਾ ਵਿੱਚ ਅਧਿਕਾਰਿਤ ਸਰਹੱਦੀ ਲਾਂਘਿਆਂ ਰਾਹੀਂ ਦਾਖਲ ਹੋਣ ਵਾਲੇ 65% ਪਨਾਹਗੀਰ ਕਿਊਬੈਕ ਪਹੁੰਚੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਵਿੱਚ ਦਾਖਲ ਹੋਏ 95% ਕਿਊਬੈਕ ਪਹੁੰਚੇ। ਅਧਿਕਾਰਿਤ ਲਾਂਘਿਆਂ 'ਚੋਂ ਦਾਖਲ ਹੋਣ ਵਾਲਿਆਂ 'ਚੋਂ 1.8% ਪਨਾਹਗੀਰ ਅਤੇ ਗੈਰ ਅਧਿਕਾਰਿਤ ਸਰਹੱਦੀ ਲਾਂਘਿਆਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ 4.2% ਬ੍ਰਿਟਿਸ਼ ਕੋਲੰਬੀਆ ਪਹੁੰਚੇ ਸਨ। Well, he's entitled to his opinion. I think the facts about asylum seekers in BC as a proportion of what Ontario and Quebec are taking in speak for themselves. It is much lower in BC. We actually need them at the table to work with us on properly spreading out asylum seekers across Canada. Actually have a great working relationship with Premier Amy, very thoughtful person. We've worked well in the previous file that I was on Indigenous matters and have a good working relationship when we were talking about some of the work that they're doing in reining in that runaway train around international students. They've done some great work, and often we have and are very much on the same wavelength. I think to say that when you're talking about an announcement that dealt specifically with costs related to asylum seekers, that it's not about that, well, then there's a different discussion about BC's financial share and proportion of money that it gets from the federal government is a discussion that involves a lot of other ministers than me. Clearly, in terms of what he referenced, the announcements in Ontario on car battery plants, BC stands to benefit from that. I visited a lithium company that has a direct investment or a direct stake in those battery companies being successful from BC, composed almost entirely of immigrants with PhDs. So let's talk about the value of immigration, specifically in the production chain for cars of the future, EV cars. So, you know, there's a nexus there, but let's not confuse apples and oranges. This announcement in Quebec was about compensation for asylum seekers over 2 fiscal years. Quebec is entitled to compensation, as well as accrued work with the Government of Canada, where we need all provinces on board to deal with a problem that is not going away, and that is one that, yes, is a volume, and I don't think BC is exempt from some of the effects of immigration generally, but I think it's important to have a nuanced, reasonable conversation about that. ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਸੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰ 37 ਦਿਨਾਂ ਵਿੱਚ 10,000 ਲੋਕ ਆ ਰਹੇ ਨੇ। ਸ਼ਰਨਾਰਥੀਆਂ ਨੂੰ ਬੇਘਰਾਂ ਲਈ ਬਣੇ ਸ਼ੈਲਟਰਾਂ ਵਿੱਚ ਰਹਿਣਾ ਪੈਂਦਾ ਹੈ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਸਹਾਇਤਾ ਨਹੀਂ ਹੁੰਦੀ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਵੀ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਨੇ 2019 ਤੋਂ ਪਨਾਹ ਮੰਗਣ ਵਾਲਿਆਂ ਲਈ ਫੈਡਰਲ ਸਰਕਾਰ ਦੇ ਅੰਤਰਿਮ ਹਾਊਸਿੰਗ ਸਹਾਇਤਾ ਪ੍ਰੋਗਰਾਮ ਤੋਂ ਕਿਸੇ ਫੰਡਿੰਗ ਲਈ ਅਰਜ਼ੀ ਨਹੀਂ ਦਿੱਤੀ।
ਕੈਨੇਡੀਅਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਵਾਰ ਔਸਤ ਨਾਲੋਂ ਗਰਮੀਆਂ ਵਧੇਰੇ ਗਰਮ ਹੋਣਗੀਆਂ, ਭਾਵ ਗਰਮੀ ਦੇ ਮੌਸਮ ਵਿੱਚ ਤਪਸ਼ ਹੋਰ ਵਧੇਗੀ। ਕਿੰਨੀ ਕੁ ਗਰਮੀ ਹੋਵੇਗੀ ਇਹ ਨਹੀਂ ਪਤਾ, ਪਰ ਮੀਂਹ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਕੈਨੇਡਾ ਨੇ ਸਾਲ 2023 ਵਿੱਚ ਆਪਣੀ ਸਭ ਤੋਂ ਤਪਦੀ ਗਰਮੀ ਦਾ ਅਨੁਭਵ ਕੀਤਾ ਸੀ, ਪਰ ਇਸ ਵਾਰ ਗਰਮੀ ਹੋਰ ਵਧੇਗੀ। ਇਨਵਾਇਰਮੈਂਟ ਕੈਨੇਡਾ ਨੇ ਇਸ ਗਰਮੀਆਂ ਦੇ ਸੀਜ਼ਨ ਦੌਰਾਨ ਔਸਤ ਨਾਲੋਂ ਵਧੇਰੇ ਗਰਮ ਤਾਪਮਾਨ ਹੋਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਨੇ ਰਾਸ਼ਟਰੀ ਚੇਤਾਵਨੀ ਵਿਭਾਗ ਨਾਲ ਜੁੜੀ ਮੌਸਮ ਮਾਹਰ ਜੈਨੀਫਰ ਸਮਿਥ ਨੇ ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਸ ਵਾਰੀ ਔਸਤ ਨਾਲੋਂ ਵਧੇਰੇ ਗਰਮੀ ਪੈਣ ਦੀ ਸੰਭਾਵਨਾ ਹੈ। ਸਮਿਥ ਨੇ ਕਿਹਾ, ਗਰਮੀ ਦੇ ਮੌਸਮ ਲਈ ਆਮ ਤੋਂ ਵੱਧ ਔਸਤ ਤਾਪਮਾਨ ਦੀ ਕਾਫ਼ੀ ਸੰਭਾਵਨਾ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ, ਇਹ ਨਹੀਂ ਦਰਸਾਉਂਦਾ ਕਿ ਤਾਪਮਾਨ ਦੇ ਆਮ ਨਾਲੋਂ ਕਿੰਨੇ ਵੱਧ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ, ਅਤੇ ਨਾ ਹੀ ਇਹ ਕਿ ਤਾਪਮਾਨ ਕਿੰਨਾ ਚਿਰ ਇਸ ਤਰ੍ਹਾਂ ਜਾਰੀ ਰਹਿ ਸਕਦਾ ਹੈ। ਉਹਨਾਂ ਕਿਹਾ ਕਿ ਗਰਮੀਆਂ ਦੌਰਾਨ ਤਾਪਮਾਨ ਵਿੱਚ ਆਮ ਵਾਂਗ ਉਤਾਰ ਚੜ੍ਹਾਅ ਵੀ ਆਉਣਗੇ। ਜ਼ਿਆਦਾਤਰ ਔਸਤ ਨਾਲੋਂ ਵਧੇਰੇ ਤਾਪਮਾਨ ਕੈਨੇਡਾ ਦੇ ਉੱਤਰੀ ਹਿੱਸਿਆਂ ਵਿੱਚ ਹੋਵੇਗਾ, ਫਿਰ ਸਸਕੈਚੁਆਨ ਅਤੇ ਮੈਨੀਟੋਬਾ ਸੂਬਿਆਂ ਵਿੱਚ ਹੁੰਦਾ ਹੈ। ਦੱਖਣੀ ਓਨਟਾਰੀਓ, ਕਿਊਬੈਕ ਅਤੇ ਅਟਲਾਂਟਿਕ ਸੂਬਿਆਂ ਤੱਕ ਫੈਲਣ ਦੀ ਸੰਭਾਵਨਾ ਹੈ। ਕੈਨੇਡਾ ਵਿੱਚ BC ਦਾ ਤੱਟਵਰਤੀ ਇਲਾਕਾ ਵੀ ਉਹ ਹਿੱਸਾ ਹੈ ਜਿੱਥੇ ਗਰਮੀਆਂ ਵਿੱਚ ਤਾਪਮਾਨ ਔਸਤ ਜਾਂ ਔਸਤ ਨਾਲੋਂ ਵੀ ਘੱਟ ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ। ਜੇ ਮੀਂਹ ਦੀ ਗੱਲ ਕਰੀਏ ਤਾਂ ਭਾਵੇਂ ਮਾਰਚ ਦੌਰਾਨ ਕੇਂਦਰੀ ਅਤੇ ਪੂਰਬੀ ਪ੍ਰੇਰੀ ਇਲਾਕਿਆਂ ਅਤੇ ਓਨਟਾਰੀਓ ਦੇ ਕਿਊਬੈਕ ਵਿੱਚ ਬਰਸਾਤੀ ਤੂਫਾਨ ਨਜ਼ਰ ਆਏ ਨੇ, ਪਰ ਇਹ ਓਨੀ ਬਾਰਿਸ਼ ਨਹੀਂ ਸੀ ਕਿ ਮੀਂਹ ਦੇ ਘਾਟੇ ਨੂੰ ਪੂਰਾ ਕਰ ਸਕੇ। ਉੱਤਰ ਬ੍ਰਿਟਿਸ਼ ਕੋਲੰਬੀਆ, ਉੱਤਰੀ ਅਲਬਰਟਾ ਅਤੇ ਨੌਰਥ ਵੈਸਟ ਟੈਰੀਟਰੀਜ਼ ਨੇ ਲਗਾਤਾਰ ਹਰ ਸੀਜ਼ਨ ਵਿੱਚ ਮੌਸਮੀ ਬਾਰਿਸ਼ ਆਮ ਨਾਲੋਂ ਕਾਫ਼ੀ ਹੇਠਾਂ ਦਰਜ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਤੱਟਵਰਤੀ ਇਲਾਕਿਆਂ ਵਿੱਚ ਨੋਰਮਲ ਨਾਲੋਂ ਵਧੇਰੇ ਵਰਖਾ ਹੋ ਸਕਦੀ ਹੈ, ਪਰ ਦੱਖਣੀ ਅਲਬਰਟਾ ਅਤੇ ਸਸਕੈਚੁਆਨ ਅਤੇ ਉੱਤਰੀ ਓਨਟਾਰੀਓ ਅਤੇ ਨੋਵਾ ਸਕੋਸ਼ੀਆ ਵਿੱਚ ਔਸਤ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸਮਿਥ ਨੇ ਕਿਹਾ ਕਿ ਬਾਕੀ ਮੁਲਕਾਂ ਲਈ ਇਸ ਗਰਮੀਆਂ ਦੇ ਮੌਸਮ ਦੌਰਾਨ ਮੀਂਹ ਦੇ ਸਟੀਕ ਸੰਕੇਤ ਨਹੀਂ ਹਨ। ਇਨਵਾਇਰਮੈਂਟ ਕੈਨੇਡਾ ਇੱਕ ਖੋਜ ਵਿਗਿਆਨੀ ਨੇਥਨ ਜ਼ਿਲੇਟ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਮੌਜੂਦਾ ਔਸਤ ਤੋਂ ਵੱਧ ਤਪਸ਼ ਲਈ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਕਾਰਨ ਮਨੁੱਖਾਂ ਕਰਕੇ ਹੋਈ ਜਲਵਾਯੂ ਤਬਦੀਲੀ ਹੈ, ਜਿਸ ਨਾਲ ਆਰਥਿਕ ਘਾਟੇ, ਵਾਤਾਵਰਣ ਨੂੰ ਨੁਕਸਾਨ ਅਤੇ ਮੌਤਾਂ ਵੀ ਹੋਈਆਂ ਨੇ। ਉੱਚ ਸਿੱਖਿਆ ਲਈ ਅਮਰੀਕਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਹਰ ਸਾਲ ਇੱਥੇ ਪੜ੍ਹਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਸਰਕਾਰ ਇਸ ਸਾਲ ਹੋਰ ਵੀਜ਼ੇ ਜਾਰੀ ਕਰੇਗੀ। ਸਰਕਾਰ ਨੇ ਬੀਤੇ ਸਾਲ 1.5 ਲੱਖ ਦੇ ਕਰੀਬ ਵੀਜ਼ੇ ਜਾਰੀ ਕੀਤੇ ਸਨ। ਆਸ਼ੰਕੇ ਨੇ ਕਿ ਇਸ ਸਾਲ ਇਹ ਗਿਣਤੀ ਵੱਧ ਸਕਦੀ ਹੈ। ਅਧਿਐਨ ਦਰਸਾਉਂਦੇ ਨੇ ਕਿ 69% ਭਾਰਤੀ ਵਿਦਿਆਰਥੀ ਕਿਸੇ ਵੀ ਹੋਰ ਮੰਜ਼ਿਲ ਨਾਲੋਂ ਅਮਰੀਕੀ ਸਿੱਖਿਆ ਨੂੰ ਤਰਜੀਹ ਦਿੰਦੇ ਨੇ। ਪਿਛਲੇ 3 ਸਾਲਾਂ ਵਿੱਚ ਅਮਰੀਕਾ ਵਿੱਚ ਪੜ੍ਹਨ ਲਈ ਚੁਣਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ। ਸਾਲ 2023 ਵਿੱਚ ਭਾਰਤ ਵਿੱਚ US ਮਿਸ਼ਨ ਨੇ ਸਾਲ 2018, 2019 ਅਤੇ 2020 ਦੇ ਮੁਕਾਬਲੇ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ। ਇਹ ਬੇਮਿਸਾਲ ਵਾਧਾ ਵਿਦਿਆਰਥੀਆਂ ਦੀ ਯਾਤਰਾ ਨੂੰ ਤਰਜੀਹ ਦੇਣ ਅਤੇ ਸੁਵਿਧਾ ਪ੍ਰਦਾਨ ਕਰਨ ਲਈ ਅਮਰੀਕੀ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜਦਕਿ ਮਿਸ਼ਨ ਨੇ ਸਾਲ 2021 ਅਤੇ 2023 ਦੇ ਵਿਚਾਲੇ ਹੋਰ ਸਾਰੇ ਵੀਜ਼ਿਆਂ ਦੀ ਮੰਗ ਵਿੱਚ 400% ਵਾਧੇ ਨੂੰ ਪੂਰਾ ਕੀਤਾ ਹੈ। ਪਿਛਲੇ ਸਾਲ ਰਿਕਾਰਡ 1,40,000 ਵਿਦਿਆਰਥੀ ਵੀਜ਼ੇ ਜਾਰੀ ਕਰਨ ਤੋਂ ਬਾਅਦ ਭਾਰਤ ਵਿੱਚ ਅਮਰੀਕੀ ਕੌਂਸਲਰ ਟੀਮ ਸਾਲ 2024 ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੀ ਸੰਖਿਆ ਵਿੱਚ ਸੰਭਾਵਿਤ ਵਾਧੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਥੇ ਦੂਤ ਘਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਅਨੁਮਾਨਿਤ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਸਮਾਨ
ਜਾਂ ਜ਼ਿਆਦਾ ਹੋਵੇਗੀ। ਅਮਰੀਕੀ ਦੂਤਘਰ ਵਿਖੇ ਕੌਂਸਲਰ ਟੀਮ ਇੰਡੀਆ ਨੇ ਆਪਣੇ 8ਵੇਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਦੌਰਾਨ 3900 ਵਿਦਿਆਰਥੀ ਵੀਜ਼ਾ ਬਿਨੇਕਾਰਾਂ ਦੀ ਇੰਟਰਵਿਊ ਲਈ। ਦੂਤਘਰ ਨੇ ਕਿਹਾ ਕਿ ਮਿਸ਼ਨ ਇੰਡੀਆ ਨੇ ਇੰਡੀਆ ਸਟੂਡੈਂਟ ਵੀਜ਼ਾ ਦਿਵਸ 'ਤੇ ਇੱਕ ਸ਼ਾਨਦਾਰ ਸਮਾਗਮ ਦੀ ਮੇਜ਼ਬਾਨੀ ਕਰਕੇ ਸੰਯੁਕਤ ਰਾਜ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਅਤੇ ਸੰਯੁਕਤ ਰਾਜ ਅਤੇ ਭਾਰਤ ਦਰਮਿਆਨ ਵੱਧ ਰਹੇ ਵਿੱਦਿਅਕ ਸੰਬੰਧਾਂ ਨੂੰ ਰੇਖਾਂਕਿਤ ਕੀਤਾ, ਜਿੱਥੇ ਮਿਸ਼ਨ ਦੇ ਮੈਂਬਰਾਂ ਅਤੇ ਸਿੱਖਿਆ USA ਦੇ ਸਾਥੀ ਬਿਨੇਕਾਰਾਂ ਨਾਲ ਗੱਲਬਾਤ ਕੀਤੀ। ਬਿਨੇਕਾਰਾਂ ਨਾਲ ਅਮਰੀਕਾ ਵਿੱਚ ਪੜ੍ਹਾਈ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਗੱਲਬਾਤ ਕੀਤੀ ਗਈ। US ਰਾਜਦੂਤ ਐਰਿਕ ਗਾਰਸਿਟੀ ਨੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ਅਮਰੀਕੀ ਵਿੱਦਿਅਕ ਸੰਸਥਾਵਾਂ ਵਿੱਚ ਹਰੇਕ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਸ਼ਾਨਦਾਰ ਪ੍ਰਾਪਤੀ ਨੂੰ ਦਰਸਾਉਂਦਾ ਹੈ। ਉਹਨਾਂ ਦੇ ਸਾਲਾਂ ਦੇ ਅਧਿਐਨ ਅਤੇ ਸਖ਼ਤ ਮਿਹਨਤ ਅਕੈਦਮਿਕ ਉੱਤਮਤਾ ਦੀ ਤਿਆਰੀ ਵਿੱਚ ਚਲੇ ਗਏ ਨੇ। ਪਹਿਲਾਂ ਗਏ ਵਿਦਿਆਰਥੀਆਂ ਵਾਂਗ ਅੱਜ ਦੇ ਭਾਰਤੀ ਵਿਦਿਆਰਥੀ ਅਥਾਂ ਸੰਭਾਵਨਾਵਾਂ ਦੀ ਪ੍ਰਤੀਨਿਧਤਾ ਕਰਦੇ ਨੇ। ਜੋ ਗਿਆਨ ਤੁਸੀਂ ਪ੍ਰਾਪਤ ਕਰੋਗੇ, ਨਵੇਂ ਹੁਨਰ ਅਤੇ ਮੌਕੇ ਜੋ ਤੁਸੀਂ ਅਨੁਭਵ ਕਰੋਗੇ ਅਤੇ ਤੁਹਾਡੇ ਦੁਆਰਾ ਬਣਾਏ ਜਾਣ ਵਾਲੇ ਰਿਸ਼ਤੇ ਨਿਵੇਸ਼ ਦੇ ਯੋਗ ਨੇ। ਅਸੀਂ ਮਿਲ ਕੇ ਅਮਰੀਕਾ ਭਾਰਤ ਸੰਬੰਧਾਂ ਨੂੰ ਅੱਗੇ ਲਿਜਾ ਰਹੇ ਹਾਂ। ਇਸ ਮੌਕੇ ਦੀ ਮਹੱਤਤਾ ਨੂੰ ਸਮਝਦੇ ਹੋਏ ਕੌਂਸਲਰ ਮਾਮਲਿਆਂ ਦੇ ਮੰਤਰੀ ਰਸਲ ਬ੍ਰਾਊਨ ਨੇ ਕਿਹਾ, ਇਸ ਸਾਲ ਭਾਰਤੀ ਵਿਦਿਆਰਥੀ ਸੰਯੁਕਤ ਰਾਜ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਬਣ ਗਿਆ। ਅਸੀਂ US ਡਿਪਾਰਟਮੈਂਟ ਆਫ ਸਟੇਟ ਅਤੇ ਐਜੂਕੇਸ਼ਨ USA ਦੇ ਭਾਈਵਾਲ ਵਿਦਿਆਰਥੀ ਵੀਜ਼ਾ ਦਿਵਸ ਅਤੇ ਵਿਦਿਆਰਥੀ ਸੀਜ਼ਨ ਦੌਰਾਨ ਵਿਦਿਆਰਥੀ ਵੀਜ਼ਾ ਬਿਨੇਕਾਰਾਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ। ਭਾਰਤ ਵਿੱਚ ਅਮਰੀਕੀ ਦੂਤਘਰ ਅਤੇ ਕੌਂਸਲੇਟ ਭਾਰਤ ਤੋਂ ਵਿਦਿਆਰਥੀ ਵੀਜ਼ਾ ਬਿਨੇਕਾਰਾਂ ਵਿੱਚ ਲਗਾਤਾਰ ਵਾਧੇ ਦੀ ਉਮੀਦ ਕਰ ਰਹੇ ਨੇ ਅਤੇ ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਵਿਦਿਆਰਥੀ ਵੀਜ਼ਾ ਸੀਜ਼ਨ ਨੂੰ 2024 ਤੱਕ ਵਧਾ ਦਿੱਤਾ ਹੈ। ਭਾਰਤੀ ਵਿਦਿਆਰਥੀ ਜੋ ਪਹਿਲਾਂ ਹੀ ਅਮਰੀਕਾ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ, ਰੁਜ਼ਗਾਰ ਆਧਾਰਿਤ US ਵੀਜ਼ਾ ਪ੍ਰਾਪਤ ਕਰਦੇ ਨੇ ਜਾਂ ਆਪਣੇ ਆਪਣੇ ਖੇਤਰਾਂ ਵਿੱਚ ਆਗੂ ਬਣਨ ਲਈ ਭਾਰਤ ਵਾਪਸ ਆਉਂਦੇ ਨੇ, ਜੋ ਕਿ ਅਮਰੀਕਾ ਦੀ ਸਿੱਖਿਆ ਦੇ ਜੀਵਨ ਭਰ ਦੇ ਲਾਭਾਂ ਨੂੰ ਦਰਸਾਉਂਦਾ ਹੈ। ਕੈਨੇਡਾ ਤੋਂ ਮੈਕਸੀਕੋ ਰਾਹੀਂ ਅਮਰੀਕਾ ਭੇਜਣ ਲਈ ਮਨੁੱਖੀ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ। ਅਮਰੀਕਾ ਭੇਜਣ ਲਈ ਲੋਕਾਂ ਤੋਂ ਲੱਖਾਂ ਰੁਪਏ ਲਏ ਜਾਂਦੇ ਨੇ ਅਤੇ ਫਿਰ ਉਹਨਾਂ ਨੂੰ ਕਿਸ਼ਤੀਆਂ ਜਾਂ ਹੋਰ ਰਸਤਿਆਂ ਦੇ ਰਾਹੀਂ ਅਮਰੀਕਾ ਲਿਜਾਇਆ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਮਨੁੱਖੀ ਤਸਕਰੀ ਅਮਰੀਕਾ ਵੱਲ ਵੱਧ ਰਹੀ ਹੈ। ਹੈਰਾਨੀਜਨਕ ਸਰਹੱਦੀ ਅੰਕੜੇ ਵੀ ਸਾਹਮਣੇ ਆਏ ਨੇ। ਗੈਰ ਕਾਨੂੰਨੀ ਲਾਂਘਿਆਂ ਲਈ ਭਾਰਤੀ ਨਾਗਰਿਕਾਂ ਦਾ ਮੁੱਖ ਸਮੂਹ ਇਸ ਦੇ ਵਿੱਚ ਸ਼ਾਮਿਲ ਹੈ। ਪਿਛਲੇ ਸਾਲ ਨਵੰਬਰ ਵਿੱਚ US ਬਾਰਡਰ ਏਜੰਟਾਂ ਨੇ ਆਦੇਸ਼ ਦਿੱਤਾ ਸੀ ਕਿ ਦੇਸ਼ ਵਿੱਚ ਇੱਕ ਮਾਲ ਰੇਲ ਗੱਡੀ ਕ੍ਰੋਸਿੰਗ ਨੂੰ ਰੋਕ ਦਿੱਤਾ ਜਾਵੇ। ਹੋਮਲੈਂਡ ਸਿਕਿਉਰਿਟੀ ਏਜੰਟ ਡੇਵਿਡ ਸਪਿਟਜ਼ਰ ਨੇ ਇੱਕ ਹਲਫ਼ਨਾਮੇ ਵਿੱਚ ਕਿਹਾ ਕਿ 13 ਮੈਕਸੀਕਨ ਨਾਗਰਿਕਾਂ ਦੀ ਖੋਜ ਕੀਤੀ ਗਈ ਸੀ ਅਤੇ ਉਸ ਵਿੱਚੋਂ ਬਹੁਤ ਸਾਰੇ ਟ੍ਰੇਨ ਨੂੰ ਰੋਕਣ ਦੇ ਆਦੇਸ਼ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਇਹ ਦ੍ਰਿਸ਼ ਮੈਕਸੀਕੋ ਦੇ ਨਾਲ ਅਮਰੀਕੀ ਸਰਹੱਦ 'ਤੇ ਨਹੀਂ ਵਾਪਰਿਆ। ਇਸ ਦੀ ਬਜਾਏ ਇਹ ਵੈਨਕੂਵਰ ਦੇ ਬਿਲਕੁਲ ਦੱਖਣ ਵਿੱਚ ਸਾਹਮਣੇ ਆਇਆ ਸੀ, ਜਿੱਥੇ ਅਮਰੀਕੀ ਵਕੀਲ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਕਹਿੰਦੇ ਨੇ ਕਿ ਉਹ ਬ੍ਰਿਟਿਸ਼ ਕੋਲੰਬੀਆ ਤੋਂ ਮਨੁੱਖੀ ਤਸਕਰੀ ਵਿੱਚ ਭਾਰੀ ਵਾਧੇ ਨਾਲ ਨਜਿੱਠ ਰਹੇ ਨੇ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧ ਸਮੂਹਾਂ ਨੇ ਆਪਣੇ ਮਨੁੱਖੀ ਮਾਲ ਨੂੰ ਲਿਜਾਣ ਲਈ ਕਈ ਤਰ੍ਹਾਂ ਦੇ ਤਰੀਕਿਆਂ ਦਾ ਇਸਤੇਮਾਲ ਕੀਤਾ ਹੈ, ਜਿਵੇਂ ਕਿ ਮਾਲ ਗੱਡੀਆਂ ਵਿੱਚ ਲੋਕਾਂ ਨੂੰ ਪਲਾਸਟਿਕ ਦੀਆਂ ਗੋਲੀਆਂ ਦੇ ਵਿਚਾਲੇ ਲੁਕਾਉਣਾ ਜਾਂ ਉਹਨਾਂ ਨੂੰ ਪੈਦਲ ਜਾਣ ਲਈ ਅਤੇ ਉਹਨਾਂ ਨੂੰ ਇੱਕੋ ਵਾਰ ਵਿੱਚ ਸਰਹੱਦ ਦੇ ਪਾਰ ਲਿਜਾਣ ਲਈ ਹਜ਼ਾਰਾਂ ਡਾਲਰ ਉਬਰ ਦੇ ਬਿੱਲਾਂ ਵਿੱਚ ਇਕੱਠਾ ਕਰਨਾ ਸ਼ਾਮਿਲ ਹੈ। US ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ, ਜਿਸ ਨੂੰ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਕਿਹਾ ਜਾਂਦਾ ਹੈ, ਉਸਦੇ ਵਧੇ ਹੋਏ ਆਪਰੇਸ਼ਨਾਂ ਦੇ ਜਵਾਬ ਵਿੱਚ ਪੀਸ ਆਰਚ
ਪਾਰਕ ਸਰੀ ਬ੍ਰਿਟਿਸ਼ ਕੋਲੰਬੀਆ ਦੁਆਰਾ ਸਰਹੱਦ ਦੇ ਘੁੰਮਣ ਵਾਲੇ ਇੱਕ ਬਿਨਾਂ ਵਾੜ ਵਾਲੇ ਪਾਰਕ ਵਿੱਚ ਪੈਦਲ ਕ੍ਰੋਸਿੰਗ 'ਤੇ ਇੱਕ US ਕ੍ਰੈਕ ਡਾਊਨ ਹੋ ਰਿਹਾ ਹੈ। ਵਾਸ਼ਿੰਗਟਨ ਰਾਜ ਸਥਿਤ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਇੰਚਾਰਜ ਸਹਾਇਕ ਸਪੈਸ਼ਲ ਏਜੰਟ ਮੈਥਿਊ ਮਰਫੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਰਾਹੀਂ ਮਨੁੱਖੀ ਤਸਕਰੀ ਵਿੱਚ ਵੱਡਾ ਵਾਧਾ ਹੋਇਆ ਹੈ। ਪਿਛਲੇ ਸਾਲ ਸਾਡੇ ਕੋਲ ਰਿਕਾਰਡ ਉੱਚ ਸੰਖਿਆਵਾਂ ਸਨ, ਇੱਕ ਦਹਾਕੇ ਵਿੱਚ ਸਾਡੇ ਨਾਲੋਂ ਵੱਧ ਸੰਖਿਆਵਾਂ ਸਨ ਅਤੇ ਇਸ ਨਾਲ ਅਸੀਂ ਇਸ ਤੋਂ ਦੁੱਗਣੇ ਤੋਂ ਵੀ ਵੱਧ ਰਫ਼ਤਾਰ 'ਤੇ ਹਾਂ। ਮੈਥਿਊ ਮਰਫੀ ਨੇ ਇਹ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ। US ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਆਂਕੜੇ ਬ੍ਰਿਟਿਸ਼ ਕੋਲੰਬੀਆ ਵਾਸ਼ਿੰਗਟਨ ਸਰਹੱਦ ਦੇ ਮੁਕਾਬਲੇ ਦਿਖਾਉਂਦੇ ਨੇ, ਜਿਸ ਵਿੱਚ ਸ਼ੰਕਾਵਾਂ ਕੱਢੇ ਜਾਣ ਅਤੇ ਲੋਕਾਂ ਨੂੰ ਅਯੋਗ ਸਮਝਿਆ ਜਾ ਰਿਹਾ ਹੈ। ਇਹ 2021 ਤੋਂ ਚੌਗੁਣਾ ਹੋਣ ਦੇ ਰਾਹ 'ਤੇ ਹੈ। 2023 ਦੇ ਵਿੱਚ US ਵਿੱਤੀ ਸਾਲ ਵਿੱਚ 42,913 ਮੁਕਾਬਲੇ ਹੋਏ, ਜੋ ਕਿ 2 ਸਾਲ ਪਹਿਲਾਂ 12,345 ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੇ ਵਿੱਚ 27,483 ਮੁਕਾਬਲੇ ਹੋਏ ਨੇ। ਇਕੱਲੇ ਫੜੇ ਗਏ ਲੋਕਾਂ ਦੀ ਗਿਣਤੀ 2021 ਵਿੱਚ 166 ਤੋਂ ਵੱਧ ਕੇ 2022 ਵਿੱਚ 494 ਹੋ ਗਈ। ਸਾਲ 2023 ਤੱਕ ਇਹ ਫਿਰ ਤੋਂ ਵੱਧ ਕੇ 16,062 ਹੋ ਗਈ। ਇਸ ਸਾਲ ਹੁਣ ਤੱਕ US ਬਾਰਡਰ ਗਸ਼ਤ ਦੇ ਅੰਕੜਿਆਂ ਅਨੁਸਾਰ ਪਹਿਲਾਂ ਹੀ ਕੁੱਲ 1,810 ਗ੍ਰਿਫਤਾਰੀਆਂ ਹੋਈਆਂ ਨੇ। ਇਹ ਵਾਧਾ ਪੂਰੇ ਕੈਨੇਡਾ ਅਮੈਰੀਕਾ ਦੀ ਸਰਹੱਦ 'ਤੇ ਹੋ ਰਿਹਾ ਹੈ। ਸਾਲ 2021 ਵਿੱਚ 27,180 ਤੋਂ ਵੱਧ ਕੇ ਪਿਛਲੇ ਸਾਲ 1,99,402 ਤੱਕ ਮੁਕਾਬਲੇ ਹੋਏ ਨੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਈਮੇਲ ਵਿੱਚ ਕਿਹਾ ਹੈ ਕਿ ਉਹ ਕੈਨੇਡੀਅਨ ਪੁਆਇੰਟਸ ਆਫ ਐਂਟਰੀ 'ਤੇ ਲਾਗੂ ਕਰਨ ਲਈ ਜ਼ਿੰਮੇਵਾਰ ਸੀ ਅਤੇ ਕੈਨੇਡਾ ਤੋਂ ਬਾਹਰ ਮਨੁੱਖੀ ਤਸਕਰੀ ਅਮਰੀਕੀ ਅਧਿਕਾਰੀਆਂ ਲਈ ਮਾਮਲਾ ਸੀ। ਮਰਫੀ ਨੇ ਕਿਹਾ ਹੈ ਕਿ ਹੋਮਲੈਂਡ ਸਿਕਿਉਰਿਟੀ ਦਾ ਮੰਨਣਾ ਹੈ ਕਿ ਸਮਗਲਿੰਗ ਰਿੰਗਾਂ ਪਿੱਛੇ ਅਪਰਾਧਿਕ ਸੰਗਠਨ ਨੇ। ਹੋਮਲੈਂਡ ਸਿਕਿਉਰਿਟੀ ਅਤੇ US ਨਿਆਂ ਅਧਿਕਾਰੀਆਂ ਦੇ ਅਨੁਸਾਰ ਸਰਹੱਦ ਪਾਰ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਮੈਕਸੀਕਨ, ਭਾਰਤੀ ਅਤੇ ਹੋਰ ਭਾਈਚਾਰੇ ਦੇ ਲੋਕ ਸ਼ਾਮਿਲ ਨੇ। ਮਰਫੀ ਨੇ ਕਿਹਾ ਹੈ ਕਿ ਕੈਨੇਡੀਅਨ ਪ੍ਰਵੇਸ਼ ਨਿਯਮਾਂ ਦਾ ਪਹਿਲਾਂ ਮੈਕਸੀਕਨ ਨਾਗਰਿਕਾਂ ਦੁਆਰਾ ਸ਼ੋਸ਼ਣ ਕੀਤਾ ਗਿਆ ਸੀ, ਜੋ ਕੈਨੇਡਾ ਲਈ ਉਡਾਨ ਭਰਦੇ ਨੇ ਅਤੇ ਅਮੈਰੀਕਾ ਵਿੱਚ ਦਾਖਲ ਹੁੰਦੇ ਨੇ। ਐਰੀਜ਼ੋਨਾ ਵਿੱਚ ਸੁਨਰੋਨ ਮਾਰੂਥਲ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰਨ ਜਾਂ ਉਹਨਾਂ ਵਿੱਚੋਂ ਕੁਝ ਹੋਰ ਚੁਣੌਤੀਆਂ ਨੂੰ ਪਾਰ ਕਰਨ ਨਾਲੋਂ ਬਹੁਤ ਘੱਟ ਧੋਖੇਬਾਜ਼ ਯਾਤਰਾ ਸੀ। ਮੈਕਸੀਕਨ ਅਮੈਰੀਕਾ ਸਰਹੱਦ ਦੇ ਖੇਤਰ 'ਤੇ 2016 ਤੋਂ ਇਸ ਸਾਲ ਫਰਵਰੀ ਦੇ ਵਿਚਾਲੇ ਮੈਕਸੀਕਨ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਹੁਣ ਮੈਕਸੀਕਨਾਂ ਨੂੰ ਮੌਜੂਦਾ ਜਾਂ ਪਿਛਲੇ ਕੈਨੇਡੀਅਨ ਵੀਜ਼ਾ ਜਾਂ US ਵੀਜ਼ੇ ਦੀ ਲੋੜ ਹੁੰਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਰਸਤੇ ਖਤਰੇ ਤੋਂ ਬਿਨਾਂ ਨਹੀਂ ਹਨ, ਇੱਥੇ ਵੀ ਖਤਰੇ ਪੂਰੇ ਜ਼ੋਰਾਂ ਸ਼ੋਰਾਂ 'ਤੇ ਨੇ। ਹਾਲਾਂਕਿ ਮਰਫੀ ਦਾ ਕਹਿਣਾ ਹੈ ਕਿ ਭਾਰਤ ਦੇ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨੰਬਰ 1 ਸਮੂਹ ਮੰਨਿਆ ਜਾਂਦਾ ਹੈ। ਸਰਹੱਦੀ ਅੰਕੜੇ ਦਰਸਾਉਂਦੇ ਨੇ ਕਿ ਮੌਜੂਦਾ ਅਮਰੀਕੀ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਬ੍ਰਿਟਿਸ਼ ਕੋਲੰਬੀਆ ਅਤੇ ਵਾਸ਼ਿੰਗਟਨ ਸਰਹੱਦ 'ਤੇ ਭਾਰਤੀ ਨਾਗਰਿਕਾਂ ਦੇ ਨਾਲ 7,056 ਮੁਕਾਬਲੇ ਹੋਏ ਨੇ। ਸਾਲ 2023 ਜੂਨ ਵਿੱਚ ਇੱਕ 49 ਸਾਲਾਂ ਕੈਲੀਫੋਰਨੀਆ ਨਿਵਾਸੀ ਰਜਿੰਦਰ ਪਾਲ ਸਿੰਘ, ਜਿਸ ਨੂੰ ਜਸਪਾਲ ਗਿੱਲ ਵਜੋਂ ਵੀ ਜਾਣਿਆ ਜਾਂਦਾ ਸੀ,
ਉਸਨੇ ਇੱਕ ਤਸਕਰੀ ਰਿੰਗ ਦਾ ਮੁੱਖ ਮੈਂਬਰ ਹੋਣ ਦੀ ਗੱਲ ਕਬੂਲੀ ਸੀ, ਜਿਸ ਤੋਂ ਬਾਅਦ ਉਸਨੂੰ 45 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸਨੇ ਕਬੂਲਿਆ ਸੀ ਕਿ ਉਸਨੇ 800 ਭਾਰਤੀ ਨਾਗਰਿਕਾਂ ਨੂੰ ਭਾਰਤ ਦੇ ਵਿੱਚੋਂ ਇੱਥੇ ਲਿਆਂਦਾ ਸੀ। ਉਸਦੇ ਕਬੂਲਨਾਮੇ ਦੇ ਅਨੁਸਾਰ ਉਸਨੇ 4 ਸਾਲਾਂ ਦੀ ਮਿਆਦ ਦੇ ਵਿੱਚ 800 ਭਾਰਤੀਆਂ ਨੂੰ ਕੈਨੇਡਾ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ US ਸਰਹੱਦ ਟਪਾਈ ਸੀ ਅਤੇ ਉਹਨਾਂ ਦੇ ਕੋਲੋਂ ਕਈ ਹਜ਼ਾਰਾਂ ਡਾਲਰਾਂ ਦੇ ਵਿੱਚ ਪੈਸੇ ਵੀ ਵਸੂਲੇ ਗਏ ਸਨ। ਅੱਜ ਦੇ ਇਸ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬਿੱਲ C-71 ਬਾਰੇ ਕਹੀ ਗੱਲ, ਲੌਸਟ ਕੈਨੇਡੀਅਨਸ ਦੀ ਨਾਗਰਿਕਤਾ ਹੋਵੇਗੀ ਬਹਾਲ। ਹਰਜੀਤ ਸੱਜਣ ਨੇ ਵਾਇਲਡ ਫਾਇਰ ਸੀਜ਼ਨ ਸੰਬੰਧੀ ਅਪਡੇਟ ਕੀਤੀ, ਪ੍ਰਧਾਨ ਫਾਇਰ ਫਾਈਟਰਸ ਦੀ ਕੀਤੀ ਹੌਸਲਾ ਅਫਜ਼ਾਈ। ਪ੍ਰੀਮੀਅਰ ਡੇਵੀ ਡੇਵੀ ਦੀ ਟਿੱਪਣੀ ਨੂੰ ਲੈ ਕੇ ਬੋਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ, ਕਿਹਾ ਪ੍ਰੀਮੀਅਰ ਨੂੰ ਸੀ ਕੋਈ ਗਲਤ ਫਹਿਮੀ। ਕੈਨੇਡੀਅਨ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਸ ਵਾਰ ਔਸਤ ਨਾਲੋਂ ਵੱਧ ਗਰਮ ਹੋਣਗੀਆਂ ਗਰਮੀਆਂ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।